Hey guys, Assalamualaikum, Sashrikaal Adab, and welcome back to our channel. मैं हरीजा, मैं हजबल. So guys, I hope आप सारे वधी होगी, ठीक ठाक और हमेशा खुश और आप आपके बिल्कुल guys, रब आप तो मेरे को देना तो रखिए कम सर्टिफिकेट ना सर लाइक शेयर करें एंड सब्सक्राइब करो अपना बहुत सारा ख्याल रखो तो जैसे तारे लिए बहुत ही प्यारी वीडियो लेके हैं वो है सिद्धू मूसेवाला जी का लाइव शो जो कि होया दिरबा विच ते ए शो जो है तकरीबन 1.5-2 घंटे दा ते असि इहदे छोटे छोटे पार्ट करके नाल खुद भी सुनांगे नाल तुहाडे नाल भी शेयर करांगे ते आओ अज असि देखने आ इस शो दा पहला पार्ट ते उस तों बाद करदे आ रिएक्शन. बिल्कुल जी करदे आ वीडियो स्टार्ट करने तों पहले रिक्वेस्ट है कि चैनल नूं सबसक्राइब कर लो नाल ही बैल आइकन क्लिक कर लो ताकि साडी आने वाली हर वीडियो दा नोटिफिकेशन आपको मिलदा रहे. सो लेट्स स्टार्ट नाउ वीडियो. हेलो आ दिरबा लाइव टीवी के सब्सक्राइब भी कर लो YouTube चैनल बस कुछ की मिनटा की गल है भाई जी आ रहे हैं स्टेज से लोते में नाग
Thank you.
ਸਿੱਧੂ ਮੂਸੇਵਾਲਾ ਜੀ ਦੇ ਜੋ ਕਿ ਬਹੁਤ ਜ਼ਿਆਦਾ ਕਮਾਲ ਬਹੁਤ ਜ਼ਿਆਦਾ ਸੁਪਰ ਡੂਪਰ ਨੇ ਔਰ ਪਤਾ ਵੀ ਨਹੀਂ ਚੱਲਿਆ ਕਿ 10 12 ਮਿੰਟ ਹਾਂ ਔਰ ਆਈ ਥਿੰਕ ਫਰਸਟ ਜਿਹੜਾ ਇਹਨਾਂ ਦਾ ਗਾਣਾ ਸੀ ਨਾ ਮਤਲਬ ਜਦੋਂ ਜ਼ਿਆਦਾ ਉੱਠੇ ਨੇ ਹੈ ਉਹ ਸ਼ਾਇਦ ਇਹੀ ਸੀ ਲੈਜੈਂਡ ਜਿਹੜਾ ਉਹਨਾਂ ਦਾ ਸੌਂਗ ਹੈ ਤੇ ਲੋਕਾਂ ਨੇ ਬੜਾ ਮਜ਼ਾਕ ਉਡਾਇਆ ਸੀ ਕਿ 21 22 23 ਸਾਲ ਦਾ ਮੁੰਡਾ ਜੋ ਹੈ ਉਹ ਗੱਲਾਂ ਕਰ ਰਿਹਾ ਕਿ ਮੈਂ ਲੈਜੈਂਡ ਹਾਂ ਇਹ ਹੈ ਉਹ ਹੈ ਲੇਕਿਨ ਕਹਿੰਦੇ ਨੇ ਕਿ ਜਦੋਂ ਹੱਥੋਂ ਚੀਜ਼ ਨਿਕਲ ਜਾਏ ਫਿਰ ਪਤਾ ਚੱਲਦਾ ਹੈ ਫਿਰ ਕਦਰ ਹੁੰਦੀ ਹੈ ਤੇ ਉਹ ਚੀਜ਼ ਸਿੱਧੂ ਮੂਸੇਵਾਲਾ ਜੀ ਦੀ ਲਾਈਫ ਤੋਂ ਦੇਖੀ ਜਾ ਸਕਦੀ ਹੈ ਐਕਚੁਅਲੀ ਉਹਨਾਂ ਨੂੰ ਪਤਾ ਚੱਲ ਰਿਹਾ ਸੀ ਕਿਉਂਕਿ ਜਿੰਨੀ ਰਿਸਪੈਕਟ ਉਹਨਾਂ ਨੂੰ ਮਿਲ ਰਹੀ ਸੀ ਜਿੰਨਾ ਉਹਨਾਂ ਦਾ ਨਾਮ ਹੋਇਆ ਸੀ ਤੇ ਉਹ ਫਿਰ ਉਹਨਾਂ ਨੂੰ ਪਤਾ ਚੱਲ ਰਿਹਾ ਸੀ ਕਿ ਮੈਂ ਮਤਲਬ ਬਹੁਤ ਅੱਛਾ ਕੰਮ ਕਰ ਰਿਹਾ ਮੈਨੂੰ ਸਾਰੇ ਲੋਕ ਪਸੰਦ ਕਰ ਰਹੇ ਨੇ ਲੋਕਾਂ ਨੂੰ ਮੇਰਾ ਕੰਮ ਸਮਝ 'ਚ ਆ ਰਿਹਾ ਤੇ ਉਹ ਵਾਕਈ ਮਤਲਬ ਆਸਤਾ ਆਸਤਾ ਜਦੋਂ ਮਤਲਬ ਵਿਊਜ਼ ਆਉਂਦੇ ਨੇ ਲੋਕਾਂ ਦਾ ਪਿਆਰ ਮਿਲਦਾ ਤੇ ਲੋਕ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਿ ਹਾਂ ਬਈ ਮੈਂ ਕੁਝ ਤੇ ਹਾਂ ਬੇਸ਼ੱਕ ਸਾਰਿਆਂ ਲਈ ਨਹੀਂ ਲੇਕਿਨ ਕੁਛ ਲੋਕਾਂ ਲਈ ਕੁਝ ਤੇ ਹਾਂ ਨਾ ਸੋ ਸਿੱਧੂ ਮੂਸੇਵਾਲੇ ਜਿੰਨੀਆਂ ਵੀ ਗੱਲਾਂ ਕਰੀਏ ਘੱਟ ਨੇ ਔਰ ਮਤਲਬ ਇਹ ਸ਼ੋਅ ਵੇਖ ਕੇ ਨਾ ਇੱਦਾਂ ਹੀ ਲੱਗ ਰਿਹਾ ਕਿ ਜਿੱਦਾਂ ਨਾ ਉਹ ਸਾਡੀਆਂ ਅੱਖਾਂ ਸਾਹਮਣੇ ਆਇਆ ਘੁੰਮ ਰਹੇ ਨੇ ਟੁਰ ਫਿਰ ਰਹੇ ਨੇ ਔਰ ਜੋ ਉਹਨਾਂ ਦਾ ਪਹਿਰਾਵਾ ਬਹੁਤ ਹੀ ਪਿਆਰਾ ਲੱਗ ਰਹੇ ਨੇ ਬਹੁਤ ਹੀ ਖੂਬਸੂਰਤ ਲੱਗ ਰਹੇ ਨੇ ਵਾਈਟ ਕੁੜਤਾ ਪਜਾਮਾ ਉੱਤੇ ਜੋ ਹੈ ਉਹ ਇਹ ਵਾਲੀ ਜੋ ਮਤਲਬ ਜੈਕਟ ਕਹਿ ਲਓ ਵੇਸਕੋਟ ਕਹਿ ਲਓ ਇਹ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਪਾਕਿਸਤਾਨ ਦੇ ਵਿੱਚ ਇਸ ਟਾਈਮ ਜੋ ਹੈ ਨਾ ਹਰ ਕਲਰ 'ਚ ਜ਼ਿਆਦਾ ਜੋ ਇਹਨਾਂ ਦਾ ਕਲਰ ਬਰਾਉਨ ਜੋ ਹੈ ਉਹ ਬਹੁਤ ਜ਼ਿਆਦਾ ਲਾਈਕ ਕੀਤਾ ਜਾ ਰਿਹਾ ਕਿ ਯਾਰ ਉੱਦਾਂ ਸਿੱਧੂ ਮੂਸੇਵਾਲਾ ਜੀ ਨੇ ਉਹ ਜੈਕਟ ਪਾਈ ਅਤੇ ਉਹ ਬੜੀ ਮਤਲਬ ਤੁਸੀਂ ਵੇਖਿਆ ਹੈਗਾ ਅਕਸਰ ਟਿਕਟੋਕ ਵਗੈਰਾ ਖੋਲੋ ਅਤੇ ਉਹਦੇ ਉੱਤੇ ਹਰ ਦੂਸਰਾ ਤੀਸਰਾ ਬੰਦਾ ਇਹੀ ਚੀਜ਼ ਸੇਲ ਕਰ ਰਿਹਾ ਐਡ ਲਾ ਰਿਹਾ ਸੋ ਓਵਰਆਲ ਗਾਣੇ ਦੀ ਗੱਲ ਕਰੀਏ ਬਹੁਤ ਹੀ ਪਿਆਰੇ ਗਾਣੇ ਦੋਨੋਂ ਜੋ ਉਹਨਾਂ ਨੇ ਗਾਏ ਨੇ ਔਰ ਹਾਈਟ ਮੈਂ ਮਤਲਬ ਹੈਰਾਨ ਹੈ ਕਿ ਯਾਰ ਸਾਰਿਆਂ ਤੋਂ ਮਤਲਬ ਉੱਚੇ ਲੱਗ ਰਹੇ ਨੇ ਐਡਾ ਲੰਬਾ ਮਾਸਲਾ ਉਹਨਾਂ ਦਾ ਕੱਦ ਸੀ ਸੋ ਬਹੁਤ ਹੀ ਪਿਆਰਾ ਬਹੁਤ ਹੀ ਕਮਾਲ ਸੁਪਰ ਬਿਲਕੁਲ ਜੀ ਸਿੱਧੂ ਮੂਸੇਵਾਲਾ ਜੀ ਦੇ ਉੱਤੇ ਕੀ ਹੀ ਗੱਲ ਕਰੀਏ ਜਿੰਨੀ ਵੀ ਗੱਲ ਕੀਤੀ ਜਾਏ ਬਹੁਤ ਕੰਮ ਹੈ ਸਿੱਧੂ ਮੂਸੇਵਾਲਾ ਜੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਸੀ ਪਰਸਨਲੀ ਔਰ ਹੁਣ ਮੈਂ ਉਹਨਾਂ ਨੂੰ ਦੇਖ ਰਹੀ ਹਾਂ ਤਾਂ ਮੈਨੂੰ ਇੱਕ ਇੱਕ ਚੀਜ਼ ਫੀਲ ਹੋ ਰਿਹਾ ਉਹਨਾਂ ਦਾ ਚੱਲਣਾ ਫੀਲ ਹੋ ਰਿਹਾ ਉਹਨਾਂ ਦਾ ਸਟਾਈਲ ਫੀਲ ਹੋ ਰਿਹਾ ਪਹਿਲੇ ਮਤਲਬ ਪਹਿਲੇ ਅਸੀਂ ਵੀ ਇੰਨੇ ਨਹੀਂ ਸੀ ਉਹਨਾਂ ਦੇ ਫੈਨ ਲੇਕਿਨ ਜਦੋਂ ਦੇ ਉਹ ਇਸ ਦੁਨੀਆ ਤੋਂ ਗਏ ਨੇ ਉਦੋਂ ਤੇ ਬਹੁਤ ਹੀ ਜ਼ਿਆਦਾ ਅਸੀਂ ਅਟੈਚ ਹੋ ਚੁੱਕੇ ਹਾਂ ਔਰ ਖਾਸ ਤੌਰ 'ਤੇ ਜਦੋਂ ਸਾਨੂੰ ਪਤਾ ਚੱਲਿਆ ਸੀ ਕਿ ਉਹਨਾਂ ਨੇ ਇੱਥੇ ਆਉਣਾ ਹੈ ਪਾਕਿਸਤਾਨ ਉਦੋਂ ਵੀ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਸੋ ਆਈ ਥਿੰਕ ਆਪ ਸਭ ਨੂੰ ਸਿੱਧੂ ਮੂਸੇਵਾਲੇ ਦੇ ਸਾਰੇ ਹੀ ਸੌਂਗ ਪਸੰਦ ਹੋਣਗੇ ਔਰ ਇਹ ਸ਼ੋਅ ਦੇਖ ਕੇ ਤੁਹਾਨੂੰ ਵੀ ਜ਼ਰੂਰ ਮਜ਼ਾ ਆਇਆ ਪਲੀਜ਼ ਗਾਇਸ ਚੈਨਲ ਨੂੰ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਫੋਰ ਵਾਚਿੰਗ